ਸਕਾਲ ਜੀ ਮੈਂ ਅਮਨਦੀਪ ਹਸਪੀਟਲ ਮੇਰੇ ਫਾਦਰ ਨੂੰ ਲੈ ਕੇ ਆਇਆ ਸੀ ਉਹਨਾਂ ਨੇ ਕਿਡਨੀ ਦਾ ਫਿਚੂਲਾ ਬਣਨਾ ਸੀ ਤੇ ਇੱਥੇ ਆ ਕੇ ਆਪਾਂ ਡਾਕਟਰ ਹਿਮਾਂਸ਼ੂ ਸ਼ਰਮਾ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਵਿਦ ਇਨ 2 ਡੇਜ਼ ਸਾਡੀ ਸਰਜਰੀ ਵੀ ਪਲਾਨ ਕਰਤੀ ਤੇ ਆਫਟਰ ਸਰਜਰੀ ਵੀ ਰਿਕਵਰੀ ਰੂਮ 'ਚ ਵੀ ਸਾਡਾ 1 ਤੋਂ 1.5 ਘੰਟਾ ਲਗਾਇਆ ਪੂਰਾ ਸਮਝਾ ਕੇ ਤੇ ਡਿਸਚਾਰਜ ਕਰਵਾ ਕੇ ਗਏ ਉਸ ਤੋਂ ਬਾਅਦ ਵੀ ਘਰ ਜਾ ਕੇ ਵੀ ਸਰ ਇਨ ਟੱਚ ਰਹੇ ਕਿ ਫੋਨ ਕਰਦੇ ਰਹੇ ਬੀ ਪੀ ਵਗੈਰਾ ਪੁੱਛਦੇ ਰਹੇ ਅਗਲੇ ਦਿਨ ਜਦੋਂ ਸਾਨੂੰ ਉਹਨਾਂ ਨੇ ਬੈਂਡੇਜ ਚੇਂਜ ਕਰਨ ਵਾਸਤੇ ਬੁਲਾਇਆ ਫਿਰ ਗਾਈਡੈਂਸ ਦਿੱਤੀ ਅਤੇ ਐਨੀ ਟਾਈਮ ਕਾਲ ਕਰਨ ਦੀ ਫੈਸਿਲਿਟੀ ਉਹਨਾਂ ਨੇ ਦਿੱਤੀ ਕਿ ਮੈਨੂੰ ਜਦੋਂ ਮਰਜ਼ੀ ਕਾਲ ਕਰੋ ਅਤੇ ਹਿਮਾਂਸ਼ੂ ਸ਼ਰਮਾ ਜੀ ਬਹੁਤ ਵਧੀਆ ਸਰਜਨ ਨੇ ਅਗਰ ਤੁਹਾਨੂੰ ਕਿਡਨੀ ਦੇ ਰਿਲੇਟਿਡ ਕੋਈ ਵੀ ਪ੍ਰੋਬਲਮ ਹੈ ਜਾਂ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਅਮਨਦੀਪ ਮੈਡੀਸਿਟੀ ਮਾਲ ਰੋਡ 'ਤੇ ਡਾਕਟਰ ਹਿਮਾਂਸ਼ੂ ਸ਼ਰਮਾ ਨੇ ਉਹਨਾਂ ਨੂੰ OPD 'ਚ ਆ ਕੇ ਜ਼ਰੂਰ ਮਿਲੋ ਥੈਂਕ ਯੂ ये पेशेंट हमारे पास वैस्कुलर एक्सेस के लिए आए थे वैस्कुलर एक्सेस की ज़रूरत कब पड़ती है जब किसी पेशेंट की किडनीज फेल हो जाती हैं और डायलिसिस शुरू करना होता है तो डायलिसिस शुरू करने से पहले या कई बार जब डायलिसिस ऑलरेडी शुरू हो गया होता है पर लॉन्ग टर्म डायलिसिस चाहिए हो तो उसके लिए हम वैस्कुलर एक्सेस बनाते हैं जिसमें एक वेन को एक आर्टरी से जोड़ा जाता है बात करके पेशेंट को बताना बहुत ज़रूरी है तो प्री ऑपरेटिव प्लानिंग सर्जिकल जो सर्जरी है जो सर्जिकल प्रोसीजर है और पोस्ट सर्जिकल जो काउंसलिंग है ये तीनों चीज़ों का बहुत ज़्यादा महत्व होता है इन सर्जरी